ਹੈਲੋ ਫਰੈਂਡਸ ਵੈਲਕਮ ਟੂ ਯੂਨ ਹਾਈ 5 ਜੀ ਕੇ ਗੁਰੂ ਜੀ YouTube ਚੈਨਲ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਿਹੜੇ ਮੁਹਾਵਰੇ ਕਰਵਾ ਰਹੀਆਂ ਹਾਂ ਉਹਨਾਂ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ 50 ਮੁਹਾਵਰੇ ਮੈਂ ਤੁਹਾਨੂੰ ਪਹਿਲਾਂ ਕਵਰ ਕਰਵਾ ਚੁੱਕੀ ਹਾਂ ਅੱਜ ਆਪਾਂ 51 ਤੋਂ ਲੈ ਕੇ 75 ਤੱਕ ਜਿਹੜੇ ਹੈਗੇ ਆ ਕਵਰ ਕਰਾਂਗੇ ਇਹ ਜਿਹੜੇ ਮੁਹਾਵਰੇ ਨੇ ਮਾਸਟਰ ਜੀ ਡਰ ਦੇ ਇਗਜ਼ਾਮ ਲਈ ਠੀਕ ਹੈ ਤੋਂ ਬਿਨਾ ਸਟੈਟ ਪੀਐਸਟੈਟ ਈਟੀਟੀ ਦੇ ਸੈਕੰਡ ਇਗਜ਼ਾਮ ਜਾਂ ਫਿਰ ਆਪਾਂ ਕਹਿ ਦਈਏ ਕਿ ਪੀਸੀਐਸ ਦੇ ਇਗਜ਼ਾਮ ਦੇ ਲਈ ਵੀ ਮੋਸਟ ਇੰਪੋਰਟੈਂਟ ਨੇ ਇਹਦੇ ਨਾਲ ਰਿਲੇਟਡ ਕੁਐਸਚਨ ਕਿਵੇਂ ਪੁੱਛਿਆ ਜਾਂਦਾ ਦੇਖੋ ਜਾਂ ਤਾਂ ਤੁਹਾਨੂੰ ਮੁਹਾਵਰਾ ਦੇ ਦਿੱਤਾ ਜਾਂਦਾ ਤੁਸੀਂ ਉਹਦਾ ਜਿਹੜਾ ਹੈਗਾ मीनिंग ਲਿਖਣਾ ਹੁੰਦਾ ਵਾ ਲਿਖਣਾ ਵੀ ਨਹੀਂ ਹੁੰਦਾ ਮਤਲਬ ਚੂਜ਼ ਕਰਨਾ ਹੁੰਦਾ ਵਾ ਠੀਕ ਆ ਕਿ ਉਹਦਾ ਸਹੀ ਜਿਹੜਾ ਅਰਥ ਆ ਉਹ ਕੀ ਆ ਜਾਂ ਫਿਰ ਮੁਹਾਵਰਾ ਤੁਹਾਨੂੰ ਹਾਫ ਦੇ ਕੇ ਵਿੱਚ ਬਲੈਂਕ ਛੱਡ ਦਿੱਤਾ ਜਾਂਦਾ ਵਾ ਫਿਲ ਕਰਨ ਦੇ ਲਈ ਇਸ ਲਈ ਤੁਸੀਂ ਕੀ ਕਰਨਾ ਕਿ ਬੋਲ-ਬੋਲ ਕੇ ਮੁਹਾਵਰੇ ਦੀ ਵੀ ਪ੍ਰੈਕਟਿਸ ਕਰਨੀ ਹੈ ਤੇ ਇਹਨਾਂ ਦੇ ਅਰਥ ਜਿਹੜੇ ਉਹ ਵੀ ਚੰਗੀ ਤਰ੍ਹਾਂ ਸਮਝ ਲੈਣੇ ਆ ਇੱਥੇ ਮੈਂ ਤੁਹਾਨੂੰ ਨਾਲ ਸੈਂਟੈਂਸ ਬਣਵਾਏ ਹੋਏ ਆ ਤਾਂ ਕਿ ਜਿਹੜੇ ਅਰਥਾ ਤੁਹਾਨੂੰ ਸਪਸ਼ਟ ਹੋ ਜਾਣ ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਹੈ ਆਪਣੀ ਪੀੜੀ ਹੇਠਾ ਸੋਟਾ ਫੇਰਨਾ ਜਾਨੀ ਕਿ ਆਪਣੇ ਨੁਕਸ ਦੇਖਣੇ ਸਾਨੂੰ ਕਿਸੇ ਦੇ ਨੁਕਸ ਦੇਖਣ ਤੋਂ ਪਹਿਲਾਂ ਆਪਣੀ ਪੀੜੀ ਹੇਠਾ ਸੋਟਾ ਫੇਰ ਲੈਣਾ ਚਾਹੀਦਾ ਹੈ ਠੀਕ ਹੈ ਦੇਖੋ ਹੁਣ ਇਹਦਾ ਯਾਦ ਰੱਖਣਾ ਆਪਣੀ ਪੀੜੀ ਹੇਠਾ ਸੋਟਾ ਫੇਰਨਾ ਦਾ ਕੀ ਆ ਆਪਣੇ ਨਕਸ਼ ਦੇਖਣੇ ਅੱਗੇ ਹੈ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ ਅਰਥ ਹੈ ਨਾਲਦਿਆਂ ਤੋਂ ਵੱਖਰੇ ਹੋ ਕੇ ਆਪਣੀ ਮਰਜ਼ੀ ਦਾ ਕੰਮ ਕਰਨਾ ਠੀਕ ਹੈ ਮਤਲਬ ਆਪਣੇ ਨਾਲਦਿਆਂ ਤੋਂ ਵੱਖਰੇ ਹੋ ਕੇ ਆਪਣੀ ਮਰਜ਼ੀ ਨਾਲ ਕੰਮ ਕਰਨਾ ਉਹਨੂੰ ਕੀ ਕਹ ਦਿੰਦੇ ਆ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ ਆਪਣੀ ਢਾਈ ਪਾ ਖਿਚੜੀ ਅਲੱਗ ਪਕਾਉਣ ਨਾਲੋਂ ਚੰਗਾ ਹੈ ਕਿ ਤੂੰ ਆਪਣੇ ਭਰਾਵਾਂ ਨਾਲ ਮਿਲ ਕੇ ਰਹਿ ਅੱਗੇ ਹੈ ਆਪਣਾ ਉੱਲੂ ਸਿੱਧਾ ਰੱਖਣਾ ਆਪਣਾ ਮਤਲਬ ਕੱਢਣਾ ਆਪਣਾ ਉਹਨੂੰ ਸਿੱਧਾ ਰੱਖਣਾ ਦਾ ਕੀ ਹੈ ਆਪਣਾ ਮਤਲਬ ਕੱਢਣਾ ਹਰਜੀਤ ਹਮੇਸ਼ਾ ਆਪਣਾ ਉਹਨੂੰ ਸਿੱਧਾ ਰੱਖਦਾ ਹੈ ਦੂਜਿਆਂ ਦੀ ਭਲਾਈ ਵਿੱਚ ਉਹ ਕੋਈ ਦਿਲਚਸਪੀ ਨਹੀਂ ਰੱਖਦਾ ਅੱਗੇ ਹੈ ਆਂਦਰਾਂ ਠਾਰਨਾ ਆਂਦਰਾਂ ਠਾਰਨਾ ਜਾਨੀ ਕਿ ਖੁਸ਼ੀ ਤੇ ਸ਼ਾਂਤੀ ਮਿਲਣੀ ਠੀਕ ਹੈ ਆਂਦਰਾਂ ਠਾਰਨਾ ਖੁਸ਼ੀ ਤੇ ਸ਼ਾਂਤੀ ਮਿਲਣੀ ਮਿਹਨਤੀ ਬੱਚੇ ਤਰੱਕੀ ਕਰਕੇ ਆਪਣੇ ਮਾਤਾ ਪਿਤਾ ਦੀਆਂ ਆਂਦਰਾਂ ਠਾਰਦੇ ਹਨ ਅਗਲਾ ਹੈ ਆਸਾਂ ਉੱਤੇ ਪਾਣੀ ਫਿਰ ਜਾਣਾ ਆਸਾਂ ਉੱਤੇ ਪਾਣੀ ਫਿਰ ਜਾਣਾ ਨਿਰਾਸ਼ ਹੋ ਜਾਣਾ ਬੁੱਢੀ ਔਰਤ ਨੂੰ ਆਪਣੇ ਪੁੱਤਰ ਤੇ ਬਹੁਤ ਮਾਣ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਬੁਰੀ ਸੰਗਤ ਵਿੱਚ ਪੈ ਕੇ ਨਸ਼ੇ ਕਰਨ ਲੱਗ ਪਿਆ ਤਾਂ ਉਸ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਯਾਨੀ ਕਿ ਉਹ ਨਿਰਾਸ਼ ਹੋ ਗਈ ਅੱਗੇ ਹੈ ਅਸਮਾਨ ਦੇ ਤਾਰੇ ਤੋੜਨਾ ਅਸਮਾਨ ਦੇ ਤਾਰੇ ਕੋਈ ਤੋੜ ਸਕਿਆ ਅਜੇ ਤੱਕ ਠਿਕਾਣਾ ਇੱਕ ਕਹਿਣ ਵਾਲੀ ਗੱਲ ਆ ਏ ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਅਰਥ ਵਿੱਚ ਕੀ ਲਖ ਸਕਦੇ ਆ ਫੜਾ ਮਾਰਨੀਆ ਅਸਮਾਨ ਦੇ ਤਾਰੇ ਤੋੜਨਾ ਫੜਾ ਮਾਰਨੀਆ ਸ਼ਾਮ ਕੁਝ ਕਰਨ ਜੋਗਤ ਹੈ ਨਹੀਂ ਪਰ ਗੱਲਾਂ ਨਾਲ ਸਮਾਨ ਦੇ ਤਾਰੇ ਤੋੜਦਾ ਰਹਿੰਦਾ ਵਾ ਅੱਗੇ ਹੈ ਅਲਫੋ ਬੇ ਨਾ ਕਹਿਣੀ ਕੁਝ ਵੀ ਨਾ ਕਹਿਣਾ ਅਲਫੋ ਬੇ ਨਾ ਕਹਿਣੀ ਕੁਝ ਵੀ ਨਾ ਕਹਿਣਾ ਪਵਨ ਆਪਣੇ ਪਿਤਾ ਦਾ ਇੰਨਾ ਸਤਿਕਾਰ ਕਰਦਾ ਹੈ ਕਿ ਉਹ ਕੁਝ ਵੀ ਕਹਿ ਦੇਣ ਪਰ ਉਹ ਕਦੇ ਅਲਫੋ ਬੇ ਨਹੀਂ ਕਹਿੰਦਾ ਠੀਕ ਹੈ ਅਲਫੋ ਬੇ ਨਾ ਕਹਿਣ ਦਾ ਕੀ ਹੋ ਗਿਆ ਕੁਝ ਵੀ ਨਾ ਕਹਿਣਾ ਜਾਨੀ ਕਿ ਜਵਾਨ ਤੋਂ ਕੁਝ ਵੀ ਨਾ ਕਹਿਣਾ ਕੁਝ ਵੀ ਨਾ ਬੋਲਣਾ ਅੱਗੇ ਹੈ ਅੱਖਾਂ ਫਿਰਨੀਆਂ ਅੱਖਾਂ ਫਿਰਨੀਆਂ ਦਾ ਅਰਥ ਹੈ ਹੰਕਾਰੇ ਜਾਣਾ ਅੱਖਾਂ ਫਿਰਨੀਆਂ ਦਾ ਅਰਥ ਕੀ ਆ ਹੰਕਾਰੇ ਜਾਣਾ ਇੱਕ ਕਈ ਥਾਂ ਤੇ ਹੁੰਦਾ ਅੱਖਾਂ ਫੇਰਨੀਆਂ ਹੈਨਾ ਅੱਖਾਂ ਫੇਰਨੀਆਂ ਦਾ ਮਤਲਬ ਹੁੰਦਾ ਬਦਲ ਜਾਣਾ ਤੇ ਫਿਰਨੀਆਂ ਦਾ ਕੀ ਆ ਹੰਕਾਰੇ ਜਾਣਾ ਜਦ ਦਾ ਉਹ ਨੌਕਰੀ ਲੱਗਿਆ ਹੈ ਉਸ ਦੀਆਂ ਤਾਂ ਅੱਖਾਂ ਹੀ ਫਿਰ ਗਈਆਂ ਹਨ ਜਣਿ ਕਿ ਉਹ ਹੰਕਾਰ ਗਿਆ ਨੌਕਰੀ ਲੱਗ ਕੇ ਉਹਨੇ ਲਿਖਿਆ ਹੋਇਆ ਅੱਖਾਂ ਫਿਰ ਜਾਣਾ ਅੱਜ ਕੱਲ ਕਰਨਾ ਟਾਲ ਮਟੋਲ ਕਰਨਾ ਕੀ ਕੋਈ ਕੰਮ ਆਪਾਂ ਕਹਿੰਦੇ ਆ ਅੱਜ ਕਰਨਾ ਕੱਲ ਕਰਦਾ ਠੀਕ ਆ ਅੱਜ ਕੱਲ ਕਰਨਾ ਇਟ ਮੀਨਸ ਕੀ ਆ ਟਾਲ ਮਟੋਲ ਕਰਨਾ ਜਦੋਂ ਮੈਂ ਸੁਤੰਤ ਤੋਂ ਆਪਣੇ ਉਧਾਰ ਦਿੱਤੇ ਪੈਸੇ ਮੰਗਦਾ ਹਾਂ ਤਾਂ ਉਹ ਅੱਜ ਕੱਲ ਕਰ ਛੱਡਦਾ ਹੈ ਅੱਗੇ ਹੈ ਅੰਤ ਪਾਉਣਾ ਅੰਤ ਪਾਉਣਾ ਜਾਨੀ ਕਿ ਕਿਸੇ ਦਾ ਭੇਤ ਪਾ ਲੈਣਾ ਅੰਤ ਪਾਉਣਾ ਭੇਤ ਪਾ ਲੈਣਾ ਪਰਮਾਤਮਾ ਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਠੀਕ ਹੈ ਅੰਤ ਪਾਉਣਾ ਦਾ ਅਰਥ ਹੈ ਭੇਤ ਪਾ ਲੈਣਾ ਆਟੇ ਵਿੱਚ ਲੂਣ ਹੋਣਾ ਬਹੁਤ ਘੱਟ ਗਿਣਤੀ ਹੋਣਾ ਜਾਂ ਬਹੁਤ ਘੱਟ ਮਾਤਰਾ ਹੋਣਾ ਠੀਕ ਹੈ ਆਟੇ ਵਿੱਚ ਲੂਣ ਹੋਣਾ ਬਹੁਤ ਘੱਟ ਗਿਣਤੀ ਜਾਂ ਮਾਤਰਾ ਹੋਣਾ ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ ਹੁਣ ਦੇਖੋ ਇਹਨਾਂ ਦਾ ਜਿਹੜਾ ਹੈਗਾ ਕੁਐਸਚਨ ਕਿਵੇਂ ਆ ਸਕਦਾ ਜਾਂ ਤਾਂ ਇਹਦਾ ਅਰਥ ਜਿਹੜਾ ਦੱਸਣਾ ਆ ਸਕਦਾ ਜਾਂ ਫਿਰ ਕੀ ਹੋ ਸਕਦਾ ਕਿ ਆਟੇ ਵਿੱਚ ਇੱਥੇ ਬਲੈਂਕ ਛੜਤਾ ਬਲੈਂਕ ਡੈਸ਼ ਹੋਣਾ ਲੂਣ ਵੀ ਹੋ ਸਕਦਾ ਖੰਡ ਵੀ ਹੋ ਸਕਦਾ ਘੋੜ ਵੀ ਹੋ ਸਕਦਾ ਸ਼ੱਕਰ ਵੀ ਹੋ ਸਕਦਾ ਤੁਸੀਂ ਕੀ ਭਰੋਗੇ ਉੱਥੇ ਆਟੇ ਵਿੱਚ ਲੂਣ ਹੋਣਾ ਠੀਕ ਹੈ ਜੀ ਅੱਗੇ ਹੈ ਅੰਨੀ ਪੈ ਜਾਣਾ ਅੰਨੀ ਪੈ ਜਾਣਾ ਜਾਨੀ ਕਿ ਬਹੁਤ ਅਨਰਥ ਹੋ ਜਾਣਾ ਅੰਨੀ ਪੈ ਜਾਣਾ ਅਨਰਥ ਹੋ ਜਾਣਾ ਅੱਜ ਕੱਲ੍ਹ ਦੇਸ਼ ਵਿੱਚ ਅੰਨੀ ਪਈ ਹੋਈ ਹੈ ਹਰ ਪਾਸੇ ਪ੍ਰਿਸ਼ਤਾਜਾਰ ਦਾ ਬੋਲਵੱਲਾ ਹੈ ਅੱਗੇ ਹੈ ਅੱਖ ਵਿੱਚ ਪਾਇਆ ਨਾ ਰੜਕਣਾ ਅੱਖ ਵਿੱਚ ਪਾਇਆ ਨਾ ਰੜਕਣਾ ਬਹੁਤ ਸ਼ਾਂਤ ਸੁਭਾਅ ਦਾ ਹੋਣਾ ਠੀਕ ਹੈ ਅੱਖ ਵਿੱਚ ਪਾਇਆ ਨਾ ਰੜਕਣਾ ਬਹੁਤ ਸ਼ਾਂਤ ਸੁਭਾਅ ਦਾ ਹੋਣਾ ਜਦੋਂ ਦੀ ਮੈਂ ਰਾਜੂ ਦੀ ਖੰਬਠੱਪੀ ਹੈ ਉਹ ਅੱਖ ਵਿੱਚ ਪਾਇਆ ਨਹੀਂ ਰੜਕਦਾ ਯਾਨੀ ਕਿ ਜਮਾਈ ਚੁੱਪ ਜਾਂਦੀ ਹੋ ਗਿਆ ਸ਼ਾਂਤੀ ਹੋ ਗਿਆ ਅੱਗੇ ਹੈ ਅੱਖਾਂ ਦਿਖਾਉਣਾ ਅੱਖਾਂ ਦਿਖਾਉਣਾ ਡਰਾਉਣਾ ਕਿਸੇ ਨੂੰ ਅੱਖਾਂ ਦਿਖਾਉਣਾ ਡਰਾਉਣਾ ਪਾਕਿਸਤਾਨ ਅਤੇ ਚੀਨ ਭਾਰਤ ਨੂੰ ਹਰ ਸਮੇਂ ਅੱਖਾਂ ਦਿਖਾਉਂਦੇ ਰਹਿੰਦੇ ਹਨ ਹੁਣੇ ਉਹਨੇ ਵੀ ਦਿਖਾ ਕੇ ਹਟੇ ਹਨ ਅੱਗਾ ਮਾਰਿਆ ਜਾਣਾ ਅੱਗਾ ਮਾਰਿਆ ਜਾਣਾ ਬੇਔਲਾਦ ਹੋ ਜਾਣਾ ਅੱਗਾ ਮਾਰਿਆ ਜਾਣਾ ਬੇਔਲਾਦ ਹੋ ਜਾਣਾ ਜਾਨੀ ਕਿ ਆਉਣ ਵਾਲੀ ਪੀੜ੍ਹੀਏ ਜਿਹੜੀ ਉਹ ਨਾ ਹੋਣਾ ਬੇਔਲਾਦ ਹੋ ਜਾਣਾ ਉਸ ਬੁੱਢੀ ਦਾ ਇਕਲੌਤਾ ਪੁੱਤਰ ਮਰ ਜਾਣ ਕਾਰਨ ਉਸ ਦਾ ਅੱਗਾ ਮਾਰਿਆ ਗਿਆ ਅੱਗੇ ਹੈ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦੇਣਾ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦੇਣਾ ਸੁਣੀ ਗੱਲ ਦੀ ਰਤਾ ਪ੍ਰਵਾਹ ਨਾ ਕਰਨਾ ਠੀਕ ਹੈ ਮਤਲਬ ਇੱਕ ਕੰਨ ਚੋਂ ਸੁਣ ਲਿਆ ਦੂਜੇ ਕੰਨ ਚੋਂ ਕੱਢ ਲਿਆ ਕਿ ਜਿਹੜੀ ਗੱਲ ਸੁਣੀ ਸੁਣਾਈ ਉਹਨੂੰ ਉੱਥੇ ਛੱਡਤਾ ਉਹਦੇ ਕੋਈ ਪ੍ਰਵਾਹ ਨਹੀਂ ਕੀਤੀ ਜੀਤੋ ਦਾ ਪੁੱਤਰ ਉਸਦੀ ਇੱਕ ਵੀ ਗੱਲ ਨਹੀਂ ਮੰਨਦਾ ਉਹ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦਾ ਹੈ ਅੱਗੇ ਹੈ ਇੱਕ ਜਾਨ ਹੋਣਾ ਕੁਲ ਮਿਲ ਜਾਣਾ ਇੱਕ ਜਾਨ ਹੋਣਾ ਬਿਲਕੁਲ ਮਿਕਸ ਅਪ ਹੋ ਜਾਣਾ ਕੁਲ ਮਿਲ ਜਾਣਾ ਅਸਨੇ ਬਿਸਕੁਟ ਬਣਾਉਣ ਲਈ ਆਟਾ ਤੇ ਘਿਓ ਗਨ ਕੇ ਇੱਕ ਜਾਨ ਕਰ ਦਿੱਤੇ ਅੱਗੇ ਹੈ ਈਦ ਦਾ ਚੰਦ ਹੋਣਾ ਈਦ ਦਾ ਚੰਦ ਹੋਣਾ ਜਾਨੀ ਕਿ ਬਹੁਤ ਦੇਰ ਬਾਅਦ ਮਿਲਣਾ ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ ਜਦੋਂ ਉਹ ਬਹੁਤ ਦੇਰ ਬਾਅਦ ਪਿੰਡ ਆਇਆ ਤਾਂ ਮੈਂ ਕਿਹਾ ਕਿੱਥੇ ਰਹਿੰਦਾ ਹੈ ਅੱਜ ਕੱਲ ਤੂੰ ਤਾਂ ਈਦ ਦਾ ਚੰਦ ਹੀ ਹੋ ਗਿਆ ਇੱਕ ਮੁਠ ਹੋਣਾ ਏਕਤਾ ਹੋ ਜਾਣੀ ਇੱਕ ਮੁਠ ਹੋਣਾ ਏਕਤਾ ਹੋ ਜਾਣੀ ਸਾਨੂੰ ਦੁਸ਼ਮਣਾਂ ਦਾ ਟਕਰਾ ਇੱਕ ਮੁਠ ਹੋ ਕੇ ਕਰਨਾ ਚਾਹੀਦਾ ਹੈ ਅੱਗੇ ਹੈ ਇੱਕ ਅੱਖ ਨਾਲ ਦੇਖਣਾ ਜਾਨੀ ਕਿ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਇੱਕ ਅੱਖ ਨਾਲ ਦੇਖਣਾ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਅੱਖ ਨਾਲ ਦੇਖਦੇ ਸਨ ਅੱਗੇ ਹੈ ਦੇਖੋ ਇਹ ਮੁਹਾਵਰਾ ਨਾ ਜਿਹੜਾ ਦੋ ਟਾਈਪ ਦਾ ਹੋ ਸਕਦਾ ਹੈ ਕਈ ਥਾਵਾਂ ਤੇ ਇੱਟ ਘੜੇ ਦਾ ਬੈਰ ਹੋਣਾ ਜਾਂ ਇੱਟ ਕੁੱਤੇ ਦਾ ਬੈਰ ਹੋਣਾ ਦੋਨੇ ਲਿਖੇ ਹੋ ਸਕਦੇ ਆ ਦੋਨਾਂ ਦਾ ਅਰਥ ਕੀ ਆ ਸੁਭਾਵਿਕ ਬੈਰ ਹੋਣਾ ਠੀਕ ਆ ਜਿੰਨਾ ਵਿੱਚ ਮਤਲਬ ਕੀ ਆ ਸੁਭਾਵਿਕ ਤੌਰ ਤੇ ਹੀ ਬੈਰ ਆਪਸ ਵਿੱਚ ਸ਼ੁਰੂ ਤੋਂ ਹੀ ਚੀਨ ਅਤੇ ਪਾਕਿਸਤਾਨ ਦਾ ਭਾਰਤ ਨਾਲ ਇੱਟ ਘੜੇ ਦਾ ਜਾਂ ਇੱਟ ਕੁੱਤੇ ਦਾ ਬੈਰ ਹੈ ਪਤਾ ਨਹੀਂ ਕਦੋਂ ਜੰਗ ਛੇੜ ਲੈਣ ਅੱਗੇ ਹੈ ਇੱਟ ਚੁੱਕਦੇ ਨੂੰ ਪੱਥਰ ਚੁੱਕਣਾ ਇੱਟ ਚੁੱਕਦੇ ਨੂੰ ਪੱਥਰ ਚੁੱਕਣਾ ਦਾ ਮਤਲਬ ਅਗਲੇ ਨਾਲੋਂ ਵੱਧ ਕੇ ਬਦਲਾ ਲੈਣਾ ਠੀਕ ਹੈ ਅਗਲੇ ਨਾਲੋਂ ਵੱਧ ਕੇ ਬਦਲਾ ਲੈਣਾ ਉਹਨੂੰ ਕੀ ਕਹਿੰਦੇ ਆ ਇੱਟ ਚੁੱਕਦੇ ਨੂੰ ਪੱਥਰ ਚੁੱਕਣਾ ਇੱਟ ਚੁੱਕਦੇ ਨੂੰ ਪੱਥਰ ਚੁੱਕਣਾ ਚੰਗੀ ਨੀਤੀ ਨਹੀਂ ਹੈ ਇਸ ਨਾਲ ਲੜਾਈ ਵੱਧ ਜਾਂਦੀ ਹੈ ਇਹਦੇ ਨਾਲ ਦੀ ਇੱਕ ਸੇਮ ਮੁਹਾਵਰਾ ਹੋਰ ਆ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਇਹਦਾ ਵੀ ਅਰਥ ਸੇਮ ਆ ਅਗਲੇ ਨਾਲੋਂ ਵੱਧ ਕੇ ਬਦਲਾ ਲੈਣਾ ਇੱਟ ਦਾ ਜਵਾਬ ਪੱਥਰ ਲੈਣ ਨਾਲ ਦੇਣਾ ਜਿਹੜਾ ਹੈਗਾ ਚੰਗੀ ਨੀਤੀ ਨਹੀਂ ਹੈ ਇਸ ਨਾਲ ਲੜਾਈ ਵੱਧ ਜਾਂਦੀ ਹੈ ਠੀਕ ਹੈ ਜੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਨਾਲ ਕੀ ਆ ਕਿ ਲੜਾਈ ਵੱਧ ਜਾਂਦੀ ਆ ਇਟ ਨਾਲ ਇਟ ਵਜਾਉਣੀ ਜਾਂ ਇਟ ਨਾਲ ਇਟ ਖੜਕਾਉਣੀ ਠੀਕ ਆ ਜਾਂ ਕਈ ਥਾਂ ਤੇ ਇਟ ਇਟ ਕਰਨਾ ਵੀ ਹੋ ਸਕਦਾ ਵਾ ਇਹਦਾ ਜਿਹੜਾ ਹੈਗਾ ਦੋਨਾਂ ਦਾ ਅਰਥ ਹੁੰਦਾ ਤਵਾ ਕਰ ਦੇਣਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿੱਤੀ ਜਾਂ ਇਟ ਇਟ ਕਰ ਦਿੱਤੀ ਠੀਕ ਆ ਜਾਂ ਇਟ ਨਾਈਟ ਵਜਾ ਦਿੱਤੀ ਅੱਗੇ ਹੈ ਇਟ ਖੜਿੱਕਾ ਲਾ ਰੱਖਣਾ ਯਾਨੀ ਕਿ ਝਗੜਾ ਕਰਨਾ ਇਟ ਖੜਿੱਕਾ ਲਾ ਰੱਖਣਾ ਝਗੜਾ ਕਰਨਾ ਦੋਵਾਂ ਨੋਸਸ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਉਹ ਹਰ ਸਮੇਂ ਘਰ ਵਿੱਚ ਇੱਟ ਖੜਿੱਕਾ ਲਾਈ ਰੱਖਦੀਆਂ ਹਨ ਅਗੇ ਲਾਸਟ ਅੱਗ ਬਗੋਲਾ ਜਾਂ ਅੱਗ ਭੁੱਖਾ ਹੋਣਾ ਬਹੁਤ ਗੁੱਸੇ ਵਿੱਚ ਹੋਣਾ ਦੋਨਾਂ ਦਾ ਅਰਥ ਕੀ ਹੈ ਚਾਹੇ ਅੱਗ ਬਗੋਲਾ ਹੋਣਾ ਲਿਖਿਆ ਹੋਵੇ ਚਾਹੇ ਅੱਗ ਭੁੱਖਾ ਹੋਣਾ ਲਿਖਿਆ ਹੋਵੇ ਬਹੁਤ ਗੁੱਸੇ ਵਿੱਚ ਹੋਣਾ ਜਦੋਂ ਸੁਰਜੀਤ ਨੇ ਉਜੀਤ ਨੂੰ ਗਾਲਾਂ ਕੱਢੀਆਂ ਤਾਂ ਉਹ ਅੱਗ ਬਗੋਲਾ ਹੋ ਗਿਆ ਅਤੇ ਮਾਰਕੁਟਾਈ ਤੇ ਆ ਗਿਆ ਆਈ ਹੋਪ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਆ ਇਹਦੇ ਵਿੱਚੋਂ ਮੁਹਾਵਰੇ ਜਿਹੜੇ ਮੈਂ ਕਰਵਾਇਆ ਸਮਝ ਆਏ ਹੋਣਗੇ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ ਚ